ਸਵੇਰੇ ਜੀ 1:30 ਵਜੇ ਦੇ ਗੇਟ ਦੇ ਵਿੱਚ ਬਾਬਾ ਜੀ ਵੱਲੋਂ ਫੋਨ ਕੀਤਾ ਗਿਆ ਵੀ ਗੁਰਦੁਆਰੇ ਜਿਹੜੀ ਆ ਵੀ ਆ ਮਦਭਾਗੀ ਜਿਹੜੀ ਘਟਨਾ ਜਿਹੜੀ ਵਾਪਰ ਗਈ ਆ। ਅਤੇ ਸਵੇਰੇ ਜਦੋਂ ਗੁਰਦੁਆਰੇ ਫਿਰ ਸਾਰੀ ਸੰਗਤ ਇਕੱਠੀ ਹੋਈ ਆ, ਜਦੋਂ ਆਣ ਕੇ ਵੇਖਿਆ ਗਿਆ ਆ ਅਤੇ ਉਹਦੇ ਵੱਲੋਂ ਜਿਹੜੇ ਵੀ ਜਿਹਨੇ ਕੀਤੀ ਆ ਮਦਭਾਗੀ ਘਟਨਾ, ਉਹਦੇ ਵੱਲੋਂ ਜਿਹੜਾ ਦਰਵਾਜ਼ਾ ਮੇਨ ਜਿਹੜਾ ਉਹ ਭੰਨਿਆ ਗਿਆ ਆ, ਭੰਨ ਕੇ ਜਿਹੜਾ ਆ ਉਹ ਅੰਦਰ ਜਾ ਕੇ ਜਿਹੜੀ ਗੋਲਕ ਆ ਉਹ ਭੰਨੀ ਗਈ ਆ ਅਤੇ ਜਿਹੜੀ ਵਿੱਚੋਂ ਉਹਦੇ ਮਾਇਆ ਜਿਹੜੀ ਉਹ ਸਾਰੀ ਉਹ ਕੱਢੀ ਗਈ। ਹਾਂਜੀ, ਹਾਂਜੀ, ਅਸੀਂ CCTV ਵਿੱਚ ਸਾਰੀ ਜਿਹੜੀ ਉਹਦੀ ਕਵਰੇਜ ਹੋਈ ਹੈ। ਅਜੇ ਨਹੀਂ, ਉਹਦਾ ਮੂੰਹ ਸਾਰਾ ਕਵਰ ਸੀ ਜੀ, ਅਤੇ ਵੀ ਉਹਦੀ ਜਿਹੜੀ ਪਹਿਚਾਣ ਆ ਸਿਰਫ ਥੋੜ੍ਹੇ ਬਹੁਤੇ ਇਹਦੇ ਕੱਪੜਿਆਂ ਤੋਂ ਤੌਰ ਤੋਂ ਹੈ, ਬਾਕੀ ਪੁਲਿਸ ਜਿਹੜੀ ਆਪਣੀ ਕਾਰਵਾਈ ਕਰਨ ਦੀ। ਮੈਂ ਇਸ ਗੁਰਦੁਆਰੇ ਸਾਹਿਬ ਗ੍ਰੰਥ ਸਿੰਘ ਦੀ ਸੇਵਾ ਨਿਭਾ ਰਿਹਾ ਜੀ। ਜਦੋਂ ਸਵੇਰੇ ਅੰਮ੍ਰਿਤ ਵੇਲੇ ਆਣ ਕੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ, ਬਾਹਰ ਗੇਟ ਖੋਲ੍ਹ ਕੇ ਜਦੋਂ ਅੰਦਰ ਆਏ ਤਾਂ ਅੰਦਰਲੇ ਤਾਲੇ ਟੁੱਟੇ ਹੋਏ ਸੀਗੇ। ਫਿਰ ਅੰਦਰ ਜਦੋਂ ਜਾ ਕੇ ਵੇਖਿਆ ਤਾਂ ਗੋਲਕ ਟੁੱਟੀ ਹੋਈ ਸੀ। ਗੋਲਕ ਦੇ ਵਿੱਚ ਜਿੰਨੀ ਵੀ ਮਾਇਆ ਸੀਗੀ ਉਹ ਸਾਰੀ ਦੀ ਸਾਰੀ ਲੈ ਗਈ। ਇਹ ਤਕਰੀਬਨ ਸਵੇਰੇ ਕੋਈ ਰਾਤ ਦੀ ਘਟਨਾ ਹੋਈ ਆ ਜੀ, 1 ਵਜੇ ਦੇ ਲਗਭਗ ਦੀ। ਉਸ ਤੋਂ ਬਾਅਦ ਅੰਮ੍ਰਿਤ ਵੇਲੇ ਜਦੋਂ ਸੰਗਤ ਆਈ, ਅਸੀਂ ਫਿਰ ਇਕੱਠੇ ਹੋ ਕੇ ਥਾਣਾ ਫਤਿਹਗੜ੍ਹ ਚੂੜੀਆਂ 'ਚ ਇਸ ਗੱਲ ਦੀ ਜਾਣਕਾਰੀ ਦੇ ਆਏ ਜੀ। ਅਤੇ ਅਸੀਂ ਚਾਹੁੰਦੇ ਹਾਂ ਕਿ ਗੁਰੂ ਘਰ ਦੀ ਜਿਹੜੀ ਮਾਇਆ ਹੈ ਉਹ ਗੁਰੂ ਘਰ ਨੂੰ ਮਿਲ ਜਾਵੇ। ਬਾਕੀ ਜਿਹਨੇ ਮਦਭਾਗਾ ਕੰਮ ਕੀਤਾ ਹੈ ਪਰਮਾਤਮਾ ਨੂੰ ਸਮਤ ਬਖਸ਼ਿਸ਼ ਕਰੇ ਅਤੇ ਉੱਤੇ ਮਨ ਦੀ ਕਾਰਵਾਈ ਹੋਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਦਾਜ਼ਨ ਦੀ ਲਗਭਗ 1 ਲੱਖ ਦੇ ਲਾਗੇ ਆਏ ਸੀ। ਹਾਂਜੀ, ਆਏ ਸੀ, ਹੁਣ ਵੀ ਮੁਲਾਜ਼ਮ ਆਏ ਸੀਗੇ, ਸਵੇਰੇ ਵੀ ਆਏ ਸੀ, ਉਹ ਕਾਰਵਾਈ ਕਰ ਰਹੇ ਨੇ ਜੀ, ਭਰੋਸਾ ਦੇ ਰਹੇ ਨੇ ਕਿ ਅਸੀਂ ਜਲਦੀ ਤੋਂ ਜਲਦੀ ਹੱਲ ਕਰਾਂਗੇ।